ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੈ ਦੁਖ ਭਰਿਆ। ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿਨ ਭਉ ਸਾਗਰ ਤਰਿਆ। ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘਾਟੈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 43 ਵਿੱਚ ਅੱਜ ਆਪਾਂ ਗੁਰੂ ਸਾਹਿਬ ਦੇ ਤਖ਼ਤ 'ਤੇ ਬਿਰਾਜਮਾਨ ਹੋਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਇੰਤਜ਼ਾਰ ਵਾਲਾ ਹਾੜ ਸੁਦੀ 10ਵੀਂ ਐਤਵਾਰ ਦਾ ਦਿਨ ਆ ਗਿਆ। ਸਾਰੇ ਮਸੰਦ ਬੜੀ ਸ਼ੀਘਰਤਾ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਆ ਪਹੁੰਚੇ। ਚਲੋ ਚੱਲ ਕੇ ਵਿਸ਼ਾਲ ਉਤਸਵ ਵੇਖੀਏ। ਜਿੱਥੋਂ ਕਿੱਥੋਂ ਮਨੁੱਖ ਤੁਰੰਤ ਇਕੱਠੇ ਹੋ ਕੇ ਆ ਗਏ। ਸੰਗਤਾਂ ਨੇ ਅਨੇਕ ਪ੍ਰਕਾਰ ਦੀਆਂ ਸੁਗਾਤਾਂ ਲਈਆਂ ਸਨ। ਚਾਰੇ ਪਾਸਿਆਂ ਤੋਂ ਗੁਰੂ ਜੀ ਦੀ ਨਗਰੀ ਵੱਲ ਚੱਲ ਪਏ। ਨਗਰ ਦੇ ਅੰਦਰ ਦਾਖਲ ਹੋ ਕੇ ਅੰਮ੍ਰਿਤ ਸਰੋਵਰ ਦੇ ਦਰਸ਼ਨ ਕਰਦੇ ਸਨ ਅਤੇ ਫਿਰ ਇਸ਼ਨਾਨ ਕਰਕੇ ਕੀਰਤਨ ਸੁਣ ਕੇ ਪ੍ਰਸੰਨ ਹੁੰਦੇ ਸਨ। ਬਹੁਤ ਸੰਗਤ ਆ ਕੇ ਇਕੱਠੀ ਹੋ ਗਈ। ਬਹੁਤ ਸਥਾਨਾਂ 'ਤੇ ਮਿਲ ਕੇ ਜੈ ਜੈਕਾਰ ਬੁਲਾਉਂਦੇ ਸਨ। ਅੰਮ੍ਰਿਤ ਸਰੋਵਰ ਦੇ ਚਾਰ ਚੁਫੇਰੇ ਉਹਨਾਂ ਨੇ ਡੇਰੇ ਲਾ ਲਏ ਸਨ। ਦਰਸ਼ਨ ਕਰਨ ਵਾਸਤੇ ਉਹਨਾਂ ਦੇ ਚਿੱਤ ਵਿੱਚ ਬਹੁਤ ਹੀ ਚਾਹ ਸੀ। ਪੈਰ ਰਾਤ ਰਹਿੰਦਿਆਂ ਗੁਰੂ ਜੀ ਜਾਗ ਪਏ ਅਤੇ ਸੁੱਚਮ ਆਦ ਕਰਨ ਲੱਗ ਗਏ। ਇਸ਼ਨਾਨ ਕਰਕੇ ਆਸਣ ਮਾਰ ਕੇ ਬੈਠ ਗਏ ਅਤੇ ਆਪਣੇ ਨਿੱਜੀ ਸਰੂਪ ਵਿੱਚ ਬਿਰਤੀ ਸਥਿਤ ਕਰ ਲਈ। ਫਿਰ ਸਤ ਚੇਤਨ ਆਨੰਦ ਰੂਪ ਪਰਮਾਤਮਾ ਵਿੱਚ ਟਿਕ ਗਏ ਅਤੇ ਸੁੱਖ ਮਾਣਦਿਆਂ ਸਵੇਰ ਹੋ ਗਈ। ਜਿਸ ਸਮੇਂ ਸੂਰਜ ਚੜ੍ਹ ਪਿਆ ਤਾਂ ਆਪਣੇ ਗਲ ਵਿੱਚ ਬਹੁਤ ਪੱਲਿਆਂ ਵਾਲਾ ਜਾਮਾ ਪਹਿਨ ਲਿਆ ਅਤੇ ਸੁੰਦਰ ਦਸਤਾਰ ਸੀਸ 'ਤੇ ਧਾਰਨ ਕਰ ਲਈ। ਕਲਗੀ ਉੱਤੇ ਮੋਤੀਆਂ ਦੇ ਗੁੱਛੇ ਚਮਕ ਰਹੇ ਸਨ ਅਤੇ ਚਿਹਰੇ ਉੱਤੇ ਵਾਲਾਂ ਦੇ ਕੁੰਡਲ ਝੂਲ ਰਹੇ ਸਨ। ਸੋਹਣੇ ਮੋਤੀਆਂ ਦੀ ਵੱਡੀ ਮਾਲਾ ਪਾਈ ਹੋਈ ਸੀ, ਜਿਹੜੇ ਸੁੰਦਰ ਸਬਜ਼ੀਆਂ ਅਤੇ ਹੀਰਿਆਂ ਨਾਲ ਜੜੀ ਹੋਈ ਸੀ। ਪਹਿਣੇ ਹੋਏ 9 ਰਤਨ ਮੋਤੀ, ਪੰਨਾ, ਮਾਣਕ, ਗੋਮੇਦ, ਹੀਰੇ, ਗੁੱਲੀਆਂ, ਲਸਣੀਆਂ, ਨੀਲਮ ਅਤੇ ਪੁਖਰਾਜ ਬੜੀ ਸ਼ੋਭਾ ਪਾ ਰਹੇ ਸਨ, ਜਿਵੇਂ 9 ਗ੍ਰਹਿ ਰਤਨਾਂ ਦੇ ਬਹਾਨੇ ਗੁਰੂ ਜੀ ਦੀ ਸੇਵਾ ਵਾਸਤੇ ਆਏ ਹੋਣ। ਗੁਰੂ ਜੀ ਦੇ ਸਰੀਰ 'ਤੇ ਪ੍ਰਗਟ ਰੂਪ ਵਿੱਚ ਸੁੰਦਰ ਸ਼ੋਭ ਰਹੇ ਸਨ, ਜਿਨ੍ਹਾਂ ਵਿੱਚ ਸੁੰਦਰ ਹੀਰੇ ਜਵਾਹਰਾਤ ਜੜੇ ਹੋਏ ਹਨ। ਹੀਰਿਆਂ ਨਾਲ ਜੜੇ ਸੋਨੇ ਦੇ ਕੰਗਨ ਪਹਿਣੇ ਹੋਏ ਸਨ ਅਤੇ ਛਾਪ ਛੱਲਿਆਂ ਦੀ ਵੀ ਬੜੀ ਸੁੰਦਰ ਛਵੀ ਸੀ। ਇਸ ਤਰ੍ਹਾਂ ਸਤਿਗੁਰੂ ਜੀ ਦੇ ਸਾਰੇ ਅੰਗ ਸ਼ੋਭ ਰਹੇ ਹਨ। ਕੱਪੜੇ ਅਤੇ ਗਹਿਣੇ ਬੜੇ ਉੱਤਮ ਪਹਿਨੇ ਹੋਏ ਹਨ। ਫਿਰ ਅਰਦਾਸੀਆ ਸੰਗਤ ਦੇ ਪਾਸ ਆ ਗਿਆ ਅਤੇ ਉਹਨਾਂ ਨੂੰ ਖਬਰ ਕੀਤੀ, ਦਰਸ਼ਨ ਕਰ ਲਵੋ ਅਤੇ ਸਾਰੇ ਇਸਤਰੀ ਪੁਰਸ਼ ਦਰਸ਼ਨੀ ਡਿਓੜੀ ਦੇ ਸਾਹਮਣੇ ਪਹੁੰਚ ਜਾਓ। ਸਤਿਗੁਰੂ ਜੀ ਦੇ ਦਰਸ਼ਨ ਕਰੋ ਅਤੇ ਮੂੰਹ ਮੰਗੀਆਂ ਮੁਰਾਦਾ ਪਾਵੋ ਅਤੇ ਜੋ ਗੁਰੂ ਜੀ ਵਾਸਤੇ ਕਾਰ ਭੇਟ ਲਿਆਂਦੀ ਹੈ ਉਹ ਉਹਨਾਂ ਸਾਹਮਣੇ ਚੜ੍ਹਾ ਦਿਓ। ਸੁਣ ਸੁਣ ਕੇ ਸਾਰੀ ਸੰਗਤ ਚਿੱਤ ਵਿੱਚ ਬੜੀ ਚਾਹਤ ਭਰ ਕੇ ਸੁਹਾਵਣੇ ਵਸਤਰ ਅਤੇ ਗਹਿਣੇ ਪਾਈ ਚੱਲ ਪਈ। ਸਾਰੇ ਉਸ ਥਾਂ ਆ ਕੇ ਖਲੋ ਗਏ, ਚਾਹੁੰਦੇ ਸਨ ਕਿ ਹੇ ਗੁਰੂ ਜੀ ਆ ਕੇ ਦਰਸ਼ਨ ਦਿਓ। ਇੰਨੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਜੀ ਬੜੇ ਸੁੰਦਰ ਬਣ ਕੇ ਆ ਗਏ। ਗੁਰੂ ਜੀ ਸਿੱਖਾਂ ਦੇ ਨੇਤਰਾਂ ਰੂਪੀ ਚਕੋਰਾਂ ਦੇ ਚੰਦ ਹਨ, ਮਾਨੋ ਸਿੱਖਾਂ ਦੇ ਮੁਖੜੇ ਰੂਪੀ ਕਮਲਾਂ ਦੇ ਸੂਰਜ ਹਨ, ਦਿਲ ਰੂਪੀ ਪਪੀਹੇ ਦੇ ਮਾਨੋ ਬੱਦਲ ਹਨ। ਸਾਰੇ ਮਨੁੱਖ ਹੱਥ ਜੋੜ ਕੇ ਵੰਦਨਾ ਕਰ ਰਹੇ ਹਨ। ਰੰਗਦਾਰ ਗਲੀਚਿਆਂ ਨਾਲ ਫਰਸ਼ ਬੜਾ ਰੰਗਦਾਰ ਹੋ ਗਿਆ ਹੈ। ਗੁਰੂ ਜੀ ਵਾਸਤੇ ਸੁੰਦਰ ਸਿੰਘਾਸਨ ਤਿਆਰ ਕੀਤਾ ਗਿਆ ਹੈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸੱਜੇ ਅਤੇ ਖੱਬੇ ਖੜ੍ਹੇ ਹਨ। ਹੋਰ ਮਸੰਤ ਅਤੇ ਸਿੱਖ ਵੀ ਇਕੱਠੇ ਹੋ ਕੇ ਖੜ੍ਹੇ ਹਨ। ਗੁਰੂ ਜੀ ਆਪਣੇ ਮਹਿਲਾਂ ਤੋਂ ਚੱਲ ਕੇ ਆਏ ਹਨ। ਦਰਸ਼ਨੀ ਡਿਓੜੀ 'ਤੇ ਆ ਕੇ ਉਹਨਾਂ ਨੇ ਸਿਰ ਨਿਵਾਇਆ, ਫਿਰ ਸੁੰਦਰ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗਏ ਅਤੇ ਦਰਸ਼ਨ ਕਰਕੇ ਵੰਦਨਾ ਕੀਤੀ। ਫਿਰ ਪਰਿਕਰਮਾ ਕਰਕੇ ਚੱਲ ਕੇ ਆ ਗਏ
ਤੇ ਅਕਾਲ ਬੁੰਗੇ ਤੇ ਆ ਕੇ ਖਲੋ ਗਏ ਤੇ ਸੁੰਦਰ ਸਿੰਘਾਸਨ ਉੱਤੇ ਬੈਠ ਗਏ। ਫਿਰ ਗੁਰੂ ਜੀ ਨੇ ਆਪਣੇ ਮੁਖ ਤੋਂ ਆਗਿਆ ਉਚਾਰਨ ਕੀਤੀ, ਉਹਨਾਂ ਸ਼ਸਤਰਾਂ ਨੂੰ ਲਿਆਓ ਜਿਹੜੇ ਅਸੀਂ ਬਣਵਾਏ ਹਨ, ਜਿਨ੍ਹਾਂ ਉੱਤੇ ਬਹੁਤ ਸੋਨਾ ਲਵਾਇਆ ਹੋਇਆ ਹੈ। ਸੇਵਕ ਦੌੜ ਕੇ ਗਏ ਤੇ ਤੁਰੰਤ ਹਥਿਆਰ ਲਿਆ ਕੇ ਸਾਰੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਅੱਗੇ ਰੱਖ ਦਿੱਤੇ। ਪਹਿਲਾਂ ਪੰਜਾਂ ਗੁਰੂ ਸਾਹਿਬਾਨਾਂ ਦਾ ਨਾਂ ਲੈ ਕੇ ਅਰਦਾਸ ਕੀਤੀ, ਫਿਰ ਬੜੀਆਂ ਸੁੰਦਰ ਤਲਵਾਰਾਂ ਆਪਣੇ ਹੱਥਾਂ ਨਾਲ ਫੜ ਕੇ ਗੁਰੂ ਜੀ ਨੇ ਆਪਣੇ ਗਲ ਵਿੱਚ ਪਾ ਲਈਆਂ। ਫਿਰ ਤੀਰਾਂ ਦਾ ਪੱਥਾ ਲੈ ਕੇ ਧਾਰਨ ਕਰ ਲਿਆ, ਪੱਥੇ ਨੂੰ ਗਲ ਵਿੱਚ ਪਾ ਕੇ ਮੋਢੇ ਨਾਲ ਬੰਨ ਲਿਆ, ਜਿਸ ਵਿੱਚ ਵੈਰੀ ਨੂੰ ਵਿੰਨਣ ਵਾਲੇ ਤਿੱਖੇ ਤੀਰ ਭਰੇ ਹੋਏ ਸਨ। ਫਿਰ ਸਖ਼ਤ ਧਨੁੱਖ ਨੂੰ ਹੱਥ ਵਿੱਚ ਫੜਿਆ, ਜਿਵੇਂ ਰਾਮਚੰਦਰ ਜੀ ਨੇ ਸੀਤਾ ਸਵੰਬਰ ਸਮੇਂ ਭਾਰੀ ਧਨੁੱਖ ਚੁੱਕਿਆ ਹੋਇਆ ਸੀ। ਜਿਹੜਾ ਨਵਾਂ ਤਖ਼ਤ ਤਿਆਰ ਕੀਤਾ ਗਿਆ ਸੀ ਉਸ ਨੂੰ ਪਹਿਲਾਂ ਵੰਦਨਾ ਕੀਤੀ, ਫਿਰ ਗੁਰੂ ਜੀ ਉਸ ਉੱਪਰ ਚੜ੍ਹ ਕੇ ਵੀਰ ਆਸਨ ਹੋ ਕੇ ਬੈਠ ਗਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਮਸੰਦ ਵੇਖ ਕੇ ਬਹੁਤ ਹੈਰਾਨ ਹੋਏ। ਉਹ ਹੱਥ ਜੋੜ ਕੇ ਪੁੱਛਣ ਲੱਗੇ, ਪਹਿਲਾਂ ਤਾਂ ਸੂਰਮੇ ਇੱਕ ਹੀ ਤਲਵਾਰ ਧਾਰਨ ਕਰਦੇ ਸਨ, ਪਰ ਆਪ ਜੀ ਨੇ ਦੋਵੇਂ ਤਲਵਾਰਾਂ ਲੈ ਕੇ ਆਪਣੇ ਗਲ ਵਿੱਚ ਪਾ ਲਈਆਂ ਹਨ, ਇਸ ਦਾ ਕੀ ਕਾਰਨ ਹੈ, ਸਾਨੂੰ ਵੀ ਸਮਝਾਓ। ਬੜੇ ਜਲਾਲ ਵਿੱਚ ਆ ਕੇ ਗੁਰੂ ਜੀ ਨੇ ਬਚਨ ਕੀਤੇ, ਅਸੀਂ ਇਸ ਕਰਕੇ ਦੋ ਤਲਵਾਰਾਂ ਫੜੀਆਂ ਹਨ, ਇੱਕ ਨਾਲ ਬਾਦਸ਼ਾਹਾਂ ਦੀ ਬਾਦਸ਼ਾਹੀ ਲਵਾਂਗੇ ਅਤੇ ਦੂਸਰੀ ਨਾਲ ਪੀਰਾਂ ਦੀ ਸ਼ਕਤੀ ਪ੍ਰਾਪਤ ਕਰਾਂਗੇ। ਇਸ ਲਈ ਇਹ ਮੀਰੀ ਪੀਰੀ ਦੀਆਂ ਦੋਵੇਂ ਤਲਵਾਰਾਂ ਧਾਰਨ ਕੀਤੀਆਂ ਹਨ, ਇਹਨਾਂ ਦੀ ਸ਼ਰਨ ਆ ਕੇ ਬਚ ਜਾਵਾਂਗੇ, ਨਹੀਂ ਤਾਂ ਦੋਵੇਂ ਦੂਰ ਹੋ ਜਾਣਗੀਆਂ। ਸਤਿਗੁਰੂ ਜੀ ਦੇ ਅਜਿਹੇ ਅਡੋਲ ਬਚਨ ਸੁਣ ਕੇ ਸਾਰਿਆਂ ਨੇ ਸ਼ਰਧਾ ਧਾਰਨ ਕਰਕੇ ਬੜਾ ਆਨੰਦ ਪ੍ਰਾਪਤ ਕੀਤਾ। ਸਤਿਗੁਰੂ ਜੀ ਤਖ਼ਤ 'ਤੇ ਬੜੀ ਸ਼ੋਭਾ ਪਾ ਰਹੇ ਸਨ, ਜਿਵੇਂ ਦੇਵਤਿਆਂ ਵਿੱਚ ਇੰਦਰ ਬੈਠਾ ਸ਼ੋਭ ਰਿਹਾ ਹੋਵੇ, ਜਿਵੇਂ ਮੁਨੀਆਂ ਵਿੱਚ ਰਘੂਕੁਲ ਦੇ ਚੰਦਰਮਾ ਸ਼੍ਰੀ ਰਾਮਚੰਦਰ ਜੀ ਵਿਰਾਜ ਰਹੇ ਹੋਣ, ਜਾਂ ਜਿਵੇਂ ਯਾਦਵਾਂ ਵਿੱਚ ਬੈਠੇ ਸ਼੍ਰੀ ਕ੍ਰਿਸ਼ਨ ਜੀ ਮਹਾਨ ਵਡਿਆਈ ਪਾ ਰਹੇ ਹੋਣ। ਵੇਖ ਵੇਖ ਕੇ ਇਸ ਤਰ੍ਹਾਂ ਉਪਮਾ ਗਾ ਰਹੇ ਸਨ ਅਤੇ ਦੋਹੀਂ ਪਾਸੀ ਚੌਰ ਇੰਜ ਫਿਰ ਰਿਹਾ ਸੀ ਮਾਨੋ ਸਫੇਦ ਹੰਸ ਉੱਡ ਕੇ ਆ ਗਿਆ ਹੋਵੇ, ਪਰ ਗੁਰੂ ਜੀ ਦੀ ਕਲਗੀ ਵਿੱਚ ਲੱਗੇ ਮੋਤੀਆਂ ਨੂੰ ਛੂਹ ਨਹੀਂ ਸੀ ਸਕਦਾ। ਮੁਖੜੇ ਦੀ ਸੁੰਦਰਤਾ ਖੰਡ ਰਹੇ ਸੀ, ਉਸ ਸਮੇਂ ਵਿਸ਼ਾਲ ਤੇ ਚਮਕ ਰਿਹਾ ਸੀ। ਫਿਰ ਹੁਕਮ ਹੋਇਆ, ਸਾਰੀ ਸੰਗਤ ਆਵੇ ਅਤੇ ਭੇਟ ਚੜ੍ਹਾ ਕੇ ਮੂੰਹ ਮੰਗੀਆਂ ਮੁਰਾਦਾ ਪਾਵੇ। ਫਿਰ ਸਾਰੀ ਸੰਗਤ ਇਕੱਠੀ ਹੋ ਕੇ ਦਿਲ ਵਿੱਚ ਦਰਸ਼ਨਾਂ ਦੀ ਚਾਹਤ ਕਰਕੇ ਹੁੰਮ ਹੁਮਾ ਕੇ ਆਈ। ਚੌਂਕ ਵਿੱਚ ਬਹੁਤ ਭੀੜ ਹੋ ਗਈ, ਹਜ਼ਾਰਾਂ ਲੋਕ ਖੜ੍ਹੇ ਹੋ ਕੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਸਨ। ਇਕੱਤਰ ਹੋਣ ਦਾ ਜਦ ਚੰਗਾ ਸਮਾਂ ਆਇਆ ਸਮਝਿਆ ਤਾਂ ਬਾਬਾ ਬੁੱਢਾ ਜੀ ਉੱਠੇ ਅਤੇ ਉਹਨਾਂ ਨੇ ਸਤਿਗੁਰੂ ਜੀ ਦੇ ਮੱਥੇ 'ਤੇ ਤਿਲਕ ਲਾਇਆ, ਕੇਸਰ ਚੰਦਨ ਨੂੰ ਛੁਹਾਇਆ। ਉਸ ਸਮੇਂ ਗੁਰੂ ਜੀ ਦਾ ਸੁੰਦਰ ਮੁਖੜਾ ਵੇਖ ਕੇ ਸਾਰਿਆਂ ਦਾ ਮਨ ਮੋਹਿਆ ਗਿਆ। ਫਿਰ ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਅੱਗੇ ਭੇਟ ਰੱਖੀ ਅਤੇ ਫਿਰ ਹੱਥ ਜੋੜ ਕੇ ਵੰਦਨਾ ਕੀਤੀ। ਫਿਰ ਜਿਹੜੇ ਮਸੰਦ ਨੇੜੇ ਸਨ ਉਹਨਾਂ ਨੂੰ ਭੇਟਾਵਾਂ ਧਰ ਕੇ ਵੰਦਨਾ ਕੀਤੀ। ਉਹਨਾਂ ਦੇ ਪਿੱਛੇ ਦੇਸ਼ ਵਿਦੇਸ਼ ਦੀ ਸੰਗਤ ਜਿਹੜੀ ਉਹਨਾਂ ਦੇ ਨਾਲ ਆਈ ਸੀ ਉਹ ਸਾਰੇ ਉਪਹਾਰ ਲੈ ਕੇ ਗੁਰੂ ਜੀ ਦੇ ਅੱਗੇ ਧਰ ਕੇ ਵੰਦਨਾ ਕਰਨ ਲੱਗੇ। ਉਹ ਮਹਾਨ ਅਤੇ ਵਿਚਿੱਤਰ ਵਸਤਰ ਅਤੇ ਗਹਿਣੇ ਲਿਆਏ ਸਨ, ਇਹ ਸਾਰੇ ਚੁਣ ਚੁਣ ਕੇ ਜਗਤ ਗੁਰੂ ਜੀ ਦੇ ਵਾਸਤੇ ਲਿਆਉਂਦੇ ਸਨ। ਬਹੁਤ ਤਿੱਖੀਆਂ ਧਾਰਾਂ ਵਾਲੇ ਸ਼ਸਤਰ ਲਿਆਏ ਸਨ, ਜਿਨ੍ਹਾਂ ਨੂੰ ਖਰੀਦਣ ਵਾਸਤੇ ਉਹਨਾਂ ਨੇ ਖੁੱਲ੍ਹਾ ਧਨ ਖਰਚਿਆ ਸੀ। ਤਲਵਾਰਾਂ, ਢਾਲਾਂ, ਕਈ ਤਰ੍ਹਾਂ ਦੀਆਂ ਬੰਦੂਕਾਂ ਅਤੇ ਚੰਚਲ ਬਲਵਾਨ ਘੋੜੇ, ਜਿਨ੍ਹਾਂ ਦੇ ਸਰੀਰ ਬਹੁਤ ਸੁੰਦਰ ਸਨ, ਵਿਕਰਾਲ ਕਟਾਰਾਂ, ਤੀਰ ਧਨੁਸ਼, ਖੰਜਰ, ਖੰਡੇ ਅਤੇ ਤਿੱਖੇ ਕੀਤੇ ਹੋਏ ਬਰਛੇ ਗੁਰੂ ਜੀ ਦੇ ਅੱਗੇ ਭੇਟ ਕਰ ਰਹੇ ਸਨ। ਨੇਜ਼ੇ, ਬਰਛੀਆਂ, ਖਪਰੇ, ਤੀਰਾਂ ਦੇ ਪੱਥੇ ਅਰਪਣ ਕਰ ਰਹੇ ਸਨ, ਜਿਨ੍ਹਾਂ ਨੂੰ ਵੇਖ ਕੇ ਸੂਰਬੀਰ ਆਨੰਦ ਅਨੁਭਵ ਕਰਦੇ ਸਨ। ਸ਼ਸਤਰਾਂ ਦਾ ਵੱਡਾ ਢੇਰ ਇਕੱਠਾ ਹੋ ਗਿਆ ਅਤੇ ਚੰਚਲ ਘੋੜਿਆਂ ਨਾਲ ਤਬੇਲਾ ਭਰ ਗਿਆ। ਗੁਰੂ ਜੀ ਦੋਵੇਂ ਪਾਸੇ ਰੁੱਖ ਕਰਦੇ ਸਨ, ਉਹ ਖੜ੍ਹੇ ਹੋ ਕੇ ਸ਼ਸਤਰਾਂ ਨੂੰ ਫੜ ਕੇ ਪਰਖਦੇ ਸਨ, ਮੋਹਰਾਂ ਵਰਗੇ ਘੋੜਿਆਂ ਨੂੰ ਵੇਖਦੇ ਸਨ ਜਿਹੜੇ ਬਹੁਤ ਵੱਡੀ ਖੁਸ਼ੀ ਨਾਲ ਲੈ ਕੇ ਆਏ ਸਨ। ਗੁਰੂ ਜੀ ਧਨ ਵਾਲੇ ਪਾਸੇ ਨਹੀਂ ਵੇਖਦੇ ਸਨ, ਕੇਵਲ ਸ਼ਸਤਰਾਂ ਅਤੇ ਘੋੜਿਆਂ ਨੂੰ ਵੇਖ ਕੇ ਪ੍ਰਸੰਨ ਹੋ ਰਹੇ ਸਨ। ਇਸ ਤਰ੍ਹਾਂ ਦੋ ਘੜੀਆਂ ਦਿਨ ਬੀਤ ਗਿਆ। ਗੁਰੂ ਜੀ ਨੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ। ਗੁਰੂ ਜੀ ਦੇ ਅੱਗੇ ਅਣਗਿਣਤ ਉਪਹਾਰ ਚੜ੍ਹੇ ਹੋਏ ਸਨ। ਵੱਡੇ ਭਾਗਾਂ ਵਾਲੇ ਸਿੱਖ ਗੁਰੂ ਜੀ ਦੇ ਚਰਨਾਂ ਨੂੰ ਪ੍ਰੇਮ ਕਰਦੇ ਸਨ। ਨਕਾਰਖਾਨੇ ਵਿੱਚ ਵਾਜੇ ਵੱਜ ਰਹੇ ਸਨ। ਫਿਰ ਸਾਰਿਆਂ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਗਿਆ। ਢਾਡੀ, ਭੱਟ ਅਤੇ ਕਲੌਂਤ
ਜਿਹੜੇ ਕੁੱਲ ਦੀ ਕੀਰਤੀ ਗਾਉਣ ਵਾਲੇ ਸਨ। ਉਹ ਜਗਤ ਗੁਰੂ ਜੀ ਦਾ ਜਸ ਉਚਾਰਨ ਕਰ ਰਹੇ ਸਨ। ਉਹਨਾਂ ਗਰੀਬਾਂ ਦੇ ਸਮੂਹ ਨੂੰ ਕੱਪੜੇ ਅਤੇ ਧਨ ਦਿੱਤਾ। ਸਾਰੇ ਦਾਨ ਪ੍ਰਾਪਤ ਕਰਕੇ ਬਹੁਤ ਪ੍ਰਸੰਨ ਹੋ ਰਹੇ ਸਨ। ਜਿਹੜੇ ਜਿਹੜੇ ਸੁੰਦਰ ਘੋੜੇ ਲਿਆਏ ਸਨ ਜਾਂ ਤੇਜ਼ ਧਾਰ ਵਾਲੇ ਖੰਡੇ, ਤਲਵਾਰਾਂ, ਤੀਰਾਂ ਦੇ ਪੱਥੇ, ਨੇਜ਼ੇ, ਜੰਗੀ ਕੁਹਾੜੇ, ਤਮੰਚੇ, ਬੰਦੂਕਾਂ, ਬਰਛੇ, ਧਣੁੱਖ, ਸੁੱਟ ਕੇ ਮਾਰਨ ਵਾਲੀਆਂ ਬਰਛੀਆਂ ਲਿਆਏ ਸਨ, ਉਹਨਾਂ ਨੂੰ ਪਾਸ ਬੁਲਾ ਕੇ ਪੁੱਛਦੇ ਸਨ ਅਤੇ ਉਹਨਾਂ ਦੇ ਘੋੜਿਆਂ ਅਤੇ ਹਥਿਆਰਾਂ ਦੀ ਸ਼ਲਾਘਾ ਕਰਦੇ ਸਨ। ਫਿਰ ਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਕੇ ਬੋਲੇ, ਹੇ ਸਿੱਖੋ, ਤੁਸੀਂ ਅਥਾਹ ਆਨੰਦ ਪਾਵੋਗੇ। ਸਾਰੀ ਸੰਗਤ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ। ਗੁਰੂ ਜੀ ਘੋੜੇ ਅਤੇ ਹਥਿਆਰਾਂ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਨ। ਜਿਹੜੇ ਘੋੜੇ ਅਤੇ ਹਥਿਆਰ ਨਹੀਂ ਲੈ ਕੇ ਆਏ ਸਨ ਉਹ ਦਿਲ ਵਿੱਚ ਬਹੁਤ ਪਛਤਾਏ। ਜਿਨ੍ਹਾਂ ਨੇ ਚੜ੍ਹਾਏ ਸਨ ਉਹਨਾਂ ਨੇ ਬਹੁਤ ਖੁਸ਼ੀ ਪ੍ਰਾਪਤ ਕੀਤੀ। ਜਦ ਗੁਰੂ ਜੀ ਨੇ ਇਹ ਜਾਣਿਆ ਕਿ ਦੁਪਹਿਰ ਢਲ ਚੁੱਕੀ ਹੈ ਤਾਂ ਯਥਾਯੋਗ ਮਹਾਨ ਖੁਸ਼ੀਆਂ ਦੇ ਕੇ ਉੱਠ ਕੇ ਆਪਣੇ ਮਹਿਲਾਂ ਵੱਲ ਚੱਲ ਪਏ। ਇੱਕ ਫੁਰਤੀਲੇ ਘੋੜੇ 'ਤੇ ਸਵਾਰ ਹੋ ਕੇ ਗਏ। ਉਹਨਾਂ ਨੇ ਹੁਕਮ ਕੀਤਾ, ਇੱਕ ਵੱਡਾ ਤਬੇਲਾ ਬਣਾਓ, ਉਸ ਵਿੱਚ ਵੱਡੀ ਗਿਣਤੀ ਵਿੱਚ ਘੋੜੇ ਇਕੱਠੇ ਕਰੋ। ਜਦ ਸੂਰਮੇ ਰਹਿਣ ਵਾਸਤੇ ਆਉਣ ਤਾਂ ਉਸ ਸਮੇਂ ਸਾਨੂੰ ਕਹਿ ਕੇ ਰੱਖ ਲਵੋ। ਸਾਰਿਆਂ ਘੋੜਿਆਂ ਨੂੰ ਛੋਲਿਆਂ ਦੇ ਦਾਣੇ ਪਾਓ। ਚੰਚਲ ਘੋੜਿਆਂ ਨੂੰ ਆਟਾ, ਘਿਓ ਅਤੇ ਗੁੜ ਦੀ ਬਣਾਈ ਹੋਈ ਨਿਹਾਰੀ ਖਵਾਓ। ਘੋੜਿਆਂ ਦੇ ਸੁੰਦਰ ਸਾਜ਼ੋ ਸਮਾਨ ਲਿਆਉਣ ਵਾਸਤੇ ਵੇਚਣ ਵਾਲੇ ਨੂੰ ਕਹਿ ਦਿਓ, ਮਾਝੇ ਅਤੇ ਦੁਆਬੇ ਦੇਸ਼ ਵਿੱਚ ਜਾਓ, ਸਾਰੇ ਪਿੰਡਾਂ ਵਿੱਚ ਇਹ ਖਬਰ ਪਹੁੰਚਾ ਦਿਓ, ਜਿਹੜੇ ਸੂਰਮੇ ਨੌਕਰ ਰਹਿਣਾ ਚਾਹੁੰਦੇ ਹਨ ਉਹ ਸਾਡੇ ਪਾਸ ਆਉਣ ਅਤੇ ਤਨਖਾਹ ਪ੍ਰਾਪਤ ਕਰਕੇ ਨੌਕਰੀ ਕਰਨ। ਜਿਹੜੇ ਮਸੰਦ ਸ੍ਰੇਸ਼ਟ ਅਤੇ ਬੜੇ ਧਨੀ ਹਨ ਉਹਨਾਂ ਨੂੰ ਸ਼੍ਰੀ ਹਰਗੋਬਿੰਦ ਸਾਹਿਬ ਕਹਿ ਕੇ ਆਪ ਘਰ ਦੇ ਅੰਦਰ ਮਾਤਾ ਗੰਗਾ ਜੀ ਪਾਸ ਚਲੇ ਗਏ। ਉਸ ਸਮੇਂ ਉਹਨਾਂ ਦੀ ਸੁੰਦਰ ਸ਼ੋਭਾ ਪ੍ਰਕਾਸ਼ ਹੋ ਰਹੀ ਸੀ। ਸੋ ਸਾਧ ਸੰਗਤ ਜੀ, ਇੱਥੇ ਚੌਥੀ ਰਾਸ ਦਾ 43ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।